The Wire. ਬੀਤੇ ਦਿਨ ਲੁਧਿਆਣੇ ਦੇ ਗੁਰਪਾਲ ਨਗਰ ਇਲਾਕੇ ਦੇ ਵਿੱਚ ਪ੍ਰਾਚੀਨ ਸ਼ਿਵ ਮਹਿਮਾ ਮੰਦਿਰ ਦੇ ਵਿੱਚ ਖੁਦਾਈ ਦੌਰਾਨ ਪੰਜ ਸ਼ਿਵਲਿੰਗ ਅਤੇ ਨਾਗਾ ਦਾ ਜੋੜਾ ਅਤੇ ਹੋਰ ਸਮਾਨ ਮਿਲਿਆ ਸੀ, ਜਿਸ ਤੋਂ ਬਾਅਦ ਹੁਣ ਵੀ ਸ਼ਿਵ ਸੈਨਾ ਦੇ ਆਗੂ ਵੀ ਦਰਸ਼ਨ ਕਰਨ ਲਈ ਆਏ ਉਸ ਸਥਾਨ ਤੇ ਪਹੁੰਚੇ ਨੇ। ਇਸ ਦੌਰਾਨ ਜਲੰਧਰ ਤੋਂ ਨੀਤੂ ਸਟਰਾਂ ਵਾਲੇ ਅਤੇ ਸ਼ਿਵ ਸੈਨਾ ਪ੍ਰਧਾਨ ਸੰਦੀਪ ਸੂਰੀ ਨੇ ਪਹੁੰਚ ਕੇ ਮੰਦਿਰ ਦੇ ਵਿੱਚ ਹਾਜ਼ਰੀ ਲਗਾਈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਿਵ ਸੈਨਾ ਨੇਤਾ ਸੰਦੀਪ ਸੂਰੀ ਨੇ ਕਿਹਾ ਹੈ ਕਿ ਇਸ ਮੰਦਿਰ ਤੇ ਭੋਲੇ ਭਗਵਾਨ ਦੀ ਕਿਰਪਾ ਹੋਈ ਹੈ। ਹਾਂਜੀ ਹਾਂਜੀ ਅਸੀਂ ਅੱਜ ਆਪਣੇ ਪ੍ਰਭੂ ਮਹਾਰਾਜ ਦੇ ਤ੍ਰਿਲੋਕੀ ਕੇ ਨਾਥ ਜਿਨ੍ਹਾਂ ਦੇ ਭਰੋਸੇ ਹੀ ਇਹ ਧਰਤੀ ਚੱਲ ਰਹੀ ਹੈ, ਉਹ ਪ੍ਰਗਟ ਹੋਏ ਨੇ। ਭਾਈ ਸਾਹਿਬ ਦਾ ਫੋਨ ਆਇਆ, ਮੈਂ ਜੈਕਬਾਲ ਲਾਲੀ ਜੀ, ਹਰਦੀਪ ਸ਼ਰਮਾ ਜੀ, ਅਸੀਂ ਦਰਸ਼ਨ ਕਰਨ ਵਾਸਤੇ ਪਹੁੰਚੇ ਹਾਂ ਔਰ ਸਾਨੂੰ ਬੜਾ ਫਕਰ ਮਹਿਸੂਸ ਹੋ ਰਿਹਾ ਕਿ ਅਸੀਂ ਪਰਮਾਤਮਾ ਦੇ ਦਰਸ਼ਨ। ਉੱਧਰੋਂ ਅਮਰਨਾਥ ਦੀ ਯਾਤਰਾ ਚੱਲ ਰਹੀ ਹੈ, ਇੱਧਰ ਮਹਾਰਾਜ ਜੀ ਪ੍ਰਗਟ ਹੋ ਰਹੇ ਨੇ ਆਪ ਸਾਕਸ਼ਾਤ, ਚਾਰ ਚਾਰ ਨਾਗ ਨਾਗਣੇ ਵੀ ਆ ਰਹੇ ਨੇ। ਕਿਤੇ ਤਾਂ ਕੁਛ ਹੈਗਾ ਹੀ ਹੈ ਨਾ, ਆਪਣੇ ਧਰਮ ਦੇ ਕੰਮ ਵਾਸਤੇ ਆਏ ਹਾਂ। ਮੈਂ ਇੱਥੇ ਆ ਕੇ ਕੋਈ ਵੀ ਕੋਈ ਇਹੋ ਜਿਹਾ ਬਿਆਨਬਾਜ਼ੀ ਨਹੀਂ ਕਰਨੀ ਚਾਹੁੰਦਾ, ਕੋਈ ਲੀਡਰੀ ਨਹੀਂ ਕਰਨੀ ਚਾਹੁੰਦਾ, ਨਾ ਹੀ ਮੈਨੂੰ ਕਰਨੀ ਆਉਂਦੀ ਹੈ। ਸਿਰਫ ਅਸੀਂ ਮੰਦਰ ਦੇ ਕੰਮ 'ਚ ਆਏ ਹਾਂ ਔਰ ਮੈਂ ਸਾਰੇ ਭਰਾਵਾਂ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਵੱਧ ਚੜ੍ਹ ਕੇ ਇਹ ਕੰਮ ਦੇ ਵਿੱਚ ਹਿੱਸਾ ਲਵੋ ਕਿ ਆਪਣੇ ਧਰਮ ਦਾ ਕੰਮ ਹੈਗਾ, ਆਪਣਾ ਧਰਮ ਜਿਹੜਾ ਹੈਗਾ ਸਨਾਤਨ ਧਰਮ ਹੈਗਾ, ਸਟੈਂਡ ਹੋ ਸਕੇ ਔਰ ਸਾਕਸ਼ਾਤ ਪਰਮਾਤਮਾ ਜ਼ਮੀਨ 'ਚੋਂ ਨਿਕਲ ਕੇ ਤੁਹਾਨੂੰ ਇਹੋ ਹੀ ਸ਼ਿਕਸ਼ਾ ਦੇ ਰਹੇ ਨੇ, ਇਹੋ ਹੀ ਗਾਈਡ ਕਰ ਰਹੇ ਨੇ ਕਿ ਨਾਲ ਚੱਲੋ ਅਤੇ ਮੰਦਰ ਬਣਾਉਣ 'ਚ ਇਹਨਾਂ ਦੀ ਮਦਦ ਕਰੋ। ਮੇਰੀ ਜਿੰਨੀ ਸਾਕਸ਼ਾ ਹੋਏਗੀ, ਜਿੰਨਾ ਮੈਂ ਕਰ ਸਕਾਂਗਾ, ਜੋ ਇਹਨਾਂ ਨੇ ਮੈਨੂੰ ਕੰਮ ਦੱਸਿਆ, ਮੈਂ ਉੱਥੇ ਤੱਕ ਪਹੁੰਚਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ। ਬਾਕੀ ਪਰਮਾਤਮਾ ਦੀ ਕਿਰਪਾ ਕੀ ਮਿਲਣਾ, ਕਿਸ ਤਰ੍ਹਾਂ ਕਰਨਾ, ਦੋ ਲਫ਼ ਜੈਕਬਾਲ ਲਾਲੀ ਜੀ ਦੱਸਣਗੇ ਤੁਹਾਨੂੰ ਇਹ ਬਾਰੇ ਜ਼ਿਆਦਾ, ਇਹਨਾਂ ਨੂੰ ਜ਼ਿਆਦਾ ਪਤਾ ਹੈ, ਬੋਲਣਗੇ ਇਹਨਾਂ ਨੂੰ। ਹਾਂਜੀ ਸਰ, ਕੀ ਕਹਿਣਾ ਚਾਹੁੰਗੇ ਜਿਹੜੇ ਸਰ? ਅੱਜ ਸ਼ਿਵਜੀ ਮਹਾਰਾਜ ਨੇ ਇੱਥੇ ਸਾਕਸ਼ਾਤ ਦਰਸ਼ਨ ਦਿੱਤੇ ਲੁਧਿਆਣੇ ਦੇ ਵਿੱਚ। ਸਾਡਾ ਲੁਧਿਆਣਾ ਸ਼ਹਿਰ ਇੱਕ ਹੁਣ ਯਾਨੀ ਕਿ ਜਿਹੜਾ ਨਾ ਪਵਿੱਤਰ ਹੋ ਗਿਆ। ਸ਼ਿਵਜੀ ਮਹਾਰਾਜ ਨੇ ਉੱਤੋਂ ਅਮਰਨਾਥ ਯਾਤਰਾ ਦੀ ਸੇਵਾ ਚੱਲ ਰਹੀ ਹੈ ਔਰ ਇਹ ਸਾਕਸ਼ਾਤ ਸ਼ਿਵਜੀ ਮਹਾਰਾਜ ਜੀ ਦਾ ਰੂਪ ਹੈ ਔਰ ਵਿਰਾਟ ਰੂਪ ਹੈ ਔਰ ਜਿਹੜਾ ਵਿਰਾਟ ਰੂਪ ਹੈ ਇਸ ਨੂੰ ਆਪਾਂ ਮੰਨ ਕੇ ਸੱਚੀ ਸ਼ਰਧਾ ਨਾਲ ਮੰਨ ਕੇ ਇੱਥੋਂ ਝੋਲੀਆਂ ਭਰ ਕੇ ਲੈ ਕੇ ਜਾਈਏ, ਇਹਨਾਂ ਦੇ ਦਰਸ਼ਨ ਕਰੀਏ, ਇਹਨਾਂ ਤੋਂ ਆਪਾਂ ਸੇਵਾ ਕਰੀਏ ਔਰ ਸਾਰੇ ਹਿੰਦੂ ਪਰਿਵਾਰ, ਸਿੱਖ ਪਰਿਵਾਰ, ਈਸਾਈ ਪਰਿਵਾਰ, ਮੁਸਲਮਾਨ ਪਰਿਵਾਰ, ਸਭ ਹਿੰਦੂ ਈਸਾਈ ਸਿੱਖ ਈਸਾਈ ਆਪਾਂ ਇੱਕ ਹਾਂ ਜੀ ਔਰ ਅੱਜ ਸ਼ਿਵਜੀ ਮਹਾਰਾਜ ਦੇ ਚਰਨ ਇੱਥੇ ਲੁਧਿਆਣੇ ਦੇ ਵਿੱਚ ਪਏ ਆ ਜੀ। ਲੁਧਿਆਣਾ ਸ਼ਹਿਰ ਪਵਿੱਤਰ ਹੋ ਗਿਆ ਔਰ ਇਹ ਕਹਿਣਾ ਚਾਹੁੰਦਾ ਜੈ ਬਾਬਾ ਅਮਰਨਾਥ ਗੁਫਾਨੀ, ਭੂਖੇ ਕੋ ਖਾਣਾ ਪਿਆਸੇ ਕੋ ਪਾਣੀ। ਔਰ ਇਹਨਾਂ ਨੇ ਜੋ ਰਚਨਾ ਸ਼ਿਵਜੀ ਮਹਾਰਾਜ ਤਿੰਨਾਂ ਲੋਕਾਂ ਦੇ ਮਾਲਕ ਆ, ਅੱਜ ਜੋ ਵਿਰਾਟ ਧਰਤੀ 'ਤੇ ਆਏ ਆ ਔਰ ਕਲਯੁੱਗ ਦੇ ਰੂਪ ਦੇ ਵਿੱਚ ਦੇਖੋ, ਅੱਜ ਕਲਯੁੱਗ ਆ, ਕਲਯੁੱਗ ਦੇ ਅਵਤਾਰ ਦੇ ਵਿੱਚ ਸਾਡੇ ਇੱਥੇ ਉਹਨਾਂ ਨੇ ਦਰਸ਼ਨ ਦੇ ਦਿੱਤੇ ਆ ਔਰ ਅਸੀਂ ਬੜੇ ਧੰਨ ਵਾਂ। ਔਰ ਮੈਨੂੰ ਲੋਕਾਂ ਨੇ ਬਾਹਰੋਂ ਬੜੀਆਂ ਕਾਲਾਂ ਆਈਆਂ, ਇੰਗਲੈਂਡ ਅਮਰੀਕਾ ਤੋਂ, ਭਾਈ ਤੁਸੀਂ ਤਾਂ ਗਏ ਨਹੀਂ। ਮੈਂ ਕਿਹਾ ਸਰ ਮੈਨੂੰ ਪਤਾ ਨਹੀਂ, ਕਹਿੰਦੇ ਹਰ ਜਗ੍ਹਾ 'ਤੇ ਪਤਾ ਲੱਗ ਰਿਹਾ ਅਤੇ ਸਾਨੂੰ ਤਾਂ ਨੈੱਟ ਦੇ ਜ਼ਰੀਏ ਪਤਾ ਲੱਗ ਚੁੱਕਿਆ ਅਤੇ ਤੁਸੀਂ ਵੀ ਆਓ। ਫਿਰ ਪਾਰਸ ਭਾਈ ਨਾਲ ਗੱਲ ਕੀਤੀ, ਭਾਅ ਜੀ ਕਹਿੰਦੇ ਵੀ ਤੁਸੀਂ ਮੇਰੇ ਕੋਲ ਇੱਥੇ ਆਓ ਅਤੇ ਆਪਾਂ ਚੱਲਦੇ। ਫਿਰ ਆਪਾਂ ਪਾਸ਼ੀ ਭਾਈ ਨਾਲ ਗੱਲ ਕੀਤੀ, ਪਾਸ਼ੀ ਭਾਅ ਜੀ ਆਪਾਂ ਕਿੱਦਾਂ ਕਰੀਏ? ਪਾਸ਼ੀ ਭਾਅ ਜੀ ਕਹਿੰਦੇ ਵੀ ਚਲੋ ਮੈਂ ਘਰ ਵਾਂ ਅਤੇ ਤੁਸੀਂ ਮੈਨੂੰ ਘਰੋਂ ਲੈ ਲਓ। ਫਿਰ ਆਪਾਂ ਪਾਸ਼ੀ ਭਾਅ ਜੀ ਨੂੰ ਘਰੋਂ ਲੈ ਕੇ, ਮੈਨੂੰ ਐਕਚੁਅਲੀ ਸਾਨੂੰ ਜਗ੍ਹਾ ਦਾ ਨਹੀਂ ਪਤਾ ਸੀਗਾ ਅਤੇ ਆਪਾਂ ਜਗ੍ਹਾ ਦੇ ਵਿੱਚ ਆਉਣ ਦੇ ਵਿੱਚ ਸਾਡੀ ਮਦਦ ਪਾਸ਼ੀ ਭਾਅ ਜੀ ਨੇ ਬਹੁਤ ਕੀਤੀ ਔਰ ਪਾਰਸ ਭਾਅ ਜੀ ਨੇ ਬਹੁਤ ਕੀਤੀ ਹੈਗਾ। ਐਕਚੁਅਲੀ ਆਪਾਂ ਵੀ ਗਰੀਬ ਪਰਿਵਾਰ 'ਚੋਂ ਹਾਂ ਔਰ ਸ਼ਿਵਜੀ ਮਹਾਰਾਜ ਦੀ ਕਿਰਪਾ ਵਾ, ਦੇਵੀਤਲਾ ਮੰਦਿਰ ਦੀ ਬੈਕ ਸਾਈਡ 'ਤੇ ਮੇਰਾ ਘਰ ਆ, ਮਹਾਮਾਈ ਦੇ ਦਰਬਾਰ ਦੇ ਪਿੱਛੇ ਸਾਡੀ ਕੰਧ 'ਤੇ ਇੱਕ ਉਹਨਾਂ ਦੀ ਕੰਧ ਸਾਂਝੀ ਹੈ ਔਰ ਅੱਜ ਮਹਾਮਾਈ ਨੇ ਜੋ ਹੁਕਮ ਲਾਇਆ ਅਤੇ ਮੈਂ ਆ ਗਿਆ ਉਹਨਾਂ ਦੇ ਦਰਸ਼ਨ ਕਰਨ ਵਾਸਤੇ, ਕਿਉਂਕਿ ਹਰ ਇੱਕ ਬੰਦੇ ਨੇ ਜਾਣਾ ਇੱਥੋਂ ਆ, ਇਹ ਘਰ ਕਿਰਾਏ ਦਾ ਘਰ ਹੈ ਔਰ ਇਹਨੂੰ ਛੱਡਣਾ ਵਾ ਔਰ ਇਸ ਤੋਂ ਚੰਗੇ ਕੰਮ ਆਪਾਂ ਕਰੀਏ ਕੋਈ, ਸਾਡੇ ਸਾਡੇ ਸਮਾਜ ਵਿੱਚ ਅਸੀਂ ਇੱਦਾਂ ਦੇ ਕੰਮ ਕਰਕੇ ਜਾਈਏ ਕਿ ਸਾਡਾ ਆਉਣ ਵਾਲੇ ਸਾਡੀ ਸੰਸਥਾ ਬੱਚੇ, ਸਾਡੇ ਬੂਟੇ, ਜਿਹੜੇ ਪਰਿਵਾਰ ਹੈ ਉਹ ਸਾਡਾ ਸੁਖੀ ਰਹੇ ਔਰ ਵਸਦਾ ਰਹੇ। ਔਰ ਮੈਂ ਸਾਰਿਆਂ ਅੱਗੇ ਹੱਥ ਜੋੜ ਕਹਿੰਦਾ ਜਕਾਰਾ ਭੋਲੇਨਾਥ ਭੰਡਾਰੀ ਜੀ ਕਾ ਬੋਲ ਸੱਚੇ ਬਾਣ ਕੀ ਜੈ। ਇਸ ਮੰਦਿਰ ਦੀ ਮਹਿਮਾ ਸੁਣ ਕੇ ਸਾਡੇ ਬੜੇ ਸਤਿਕਾਰਯੋਗ ਸਾਡੇ ਵੱਡੇ ਵੀਰ ਜੀ ਸੁਦੀਪ ਸੂਰੀ ਜੀ ਅੰਮ੍ਰਿਤਸਰ ਤੋਂ ਸ਼ਿਵ ਸੈਨਾ ਦੇ ਪ੍ਰਧਾਨ ਸਪੈਸ਼ਲ ਸ਼ਿਵਲਿੰਗ ਅਦਭੁਤ ਸ਼ਿਵਲਿੰਗ ਦੇ ਦਰਸ਼ਨ ਕਰਨ ਵਾਸਤੇ ਆਏ ਨੇ। ਉਹਨਾਂ ਸਾਡੇ ਨਾਲ ਲਾਲੀ ਜੀ ਜੈਗੋਪਾਲ ਲਾਲੀ ਜੀ ਅਤੇ ਸਾਡੇ ਬਹੁਤ ਹੀ ਹਰਮਨ ਪਿਆਰੇ ਨੇਤਾ ਨੀਡੂ ਛੱਡਣਾ ਵਾਲੇ ਜੀ। ਜਦ ਇਹਨਾਂ ਨੂੰ ਪਤਾ ਲੱਗਿਆ ਵੀ ਲੁਧਿਆਣੇ ਦੇ ਵਿੱਚ ਭਗਵਾਨ ਨੇ ਸਾਕਸ਼ਾਤ ਦਰਸ਼ਨ ਕੀਤੇ ਨੇ ਜੀ, ਇੰਨੀ ਦੂਰੋਂ ਚੱਲ ਕੇ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਆਏ, ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਸਦਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਸ਼੍ਰੀ ਸ਼ੰਕਰ ਭਗਵਾਨ ਕੀ ਜੈ।